रंजिश दे चलदे 18 साल दे नौजवान नूं तेज धार हथियारां नाल हमला कर कीता बुरी तरह जख्मी। ਕਾਰਨ ਉਹਦੇ ਮੁੰਡਾ ਜਿਹੜਾ ਦੋਰੀ ਕੁੜੀ ਮੇਰੇ ਮੁੰਡੇ ਨੂੰ ਆਪਣੇ ਵੱਲ ਖਿੱਚਦੀ ਰਹੀ। ਮੈਂ ਆਪਣੇ ਬੱਚੇ ਨੂੰ ਉਹਦੇ ਤੋਂ ਹਟਾ ਲਿਆ। ਉਹ ਕੁੜੀ ਮੇਰੇ ਉਹਦੇ ਮੇਰੇ ਮੁੰਡੇ ਨਾਲ ਗੱਲ ਮਾਰਦੀ। ਮੈਂ ਆਪਣੇ ਬੱਚੇ ਨੂੰ ਉਸ ਕੁੜੀ ਤੋਂ ਆਪਣੇ ਬੱਚੇ ਨੂੰ ਪਿੱਛੇ ਕਰ ਲਿਆ। ਕੁੜੀ ਫਿਰ ਵੀ ਮੇਰੇ ਮੁੰਡੇ ਦਾ ਖਹਿੜਾ ਨਹੀਂ ਛੱਡਦੀ ਰਹੀ। ਮੇਰੇ ਮੁੰਡਾ ਤੇ ਤੁਸੀਂ ਮੇਰੇ ਬੱਚੇ ਦੀ ਇੰਸਟਾ ਦੇ ਫੋਟੋਆਂ ਸਾਰਾ ਕੁਝ ਸਾਰੇ ਪ੍ਰੂਫ ਆ ਮੇਰੇ ਬੱਚੇ ਕੋਲ। ਮੇਰਾ ਬੱਚਾ ਜਿੱਥੇ ਤੁਹਾਨੂੰ ਗਲਤ ਲੱਗੇਗਾ ਤੁਸੀਂ ਮੈਨੂੰ ਦੱਸਿਓ। ਨੌਜਵਾਨ ਦੀ ਹਾਲਤ ਗੰਭੀਰ, ਇਲਾਜ ਲਈ ਅੰਮ੍ਰਿਤਸਰ ਰੈਫਰ। ਨਹੀਂ ਆਪਾਂ ਜਿਹੜਾ ਇਨੀਸ਼ੀਅਲ ਟ੍ਰੀਟਮੈਂਟ ਸੀਗਾ ਉਹ ਸ਼ੁਰੂ ਕਰਤਾ ਸੀਗਾ ਜਦੋਂ ਆਏ ਆ, ਬਟ ਇਹਦੀ ਥੋੜ੍ਹੀ ਹਾਲਤ ਜਿਹੜੀ ਆ ਕ੍ਰਿਟੀਕਲ ਲੱਗ ਰਹੀ ਆ ਅਤੇ ਇਹਨੂੰ ਆਪਾਂ ਰੈਫਰ ਕਰ ਰਹੇ ਹਾਂ ਕਿਸੇ। ਮਾਂ ਦਾ ਰੋ ਰੋ ਹੋਇਆ ਬੁਰਾ ਹਾਲ, ਇਨਸਾਫ ਦੀ ਕਰ ਰਹੀ ਹੈ ਮੰਗ। ਉਹਨਾਂ ਦਾ ਮੁੰਡਿਆਂ ਦਾ ਮੈਨੂੰ ਨਹੀਂ ਪਤਾ। ਹੁਣ ਇਸ ਟਾਈਮ ਪਾਪਾ ਦੇ ਫੋਨ 'ਤੇ ਫੋਨ ਆਇਆ ਸੀ ਕਿ ਮਤਲਬ ਕਿ ਸ਼ੇਖੂ ਮੁੰਡਾ ਆ ਉਹ ਕਿਸੇ ਮੁੰਡੇ ਕੋਲ ਪਾਪਾ ਦੇ ਫੋਨ 'ਤੇ ਫੋਨ ਕਰਾਉਣ ਡਿਆ ਸੀ। ਉਹ ਕਹਿਣ ਡਿਆ ਸੀ ਕਿ ਮਤਲਬ ਪਾਪਾ ਨੇ ਉਹ ਸਿਸਟਰ ਘਰ ਬੋਲ ਕੇ ਆਏ ਸੀ ਜਿਨ੍ਹਾਂ ਦੇ ਵੱਲੋਂ ਸਾਨੂੰ ਮਤਲਬ ਸ਼ੱਕ ਆ, ਅਤੇ ਉਹ ਫੋਨ ਕਰਵਾਉਣ ਡਿਆ ਕਿ ਤੁਸੀਂ ਸਾਡੇ ਘਰ ਬੋਲ ਕੇ ਆਇਓ। ਅੱਗੇ ਤਾਂ ਆਪਾਂ ਮੁੰਡੇ ਨੂੰ ਵੱਢ ਕੇ ਗਏ ਹਾਂ, ਹੁਣ ਤੁਹਾਡੇ ਪਿਓ ਨੂੰ ਵੀ ਵੱਢ ਕੇ ਜਾਣਾ ਆ, ਆਪਾਂ ਘਰੇ ਆਉਂਦੇ। ਇਹ ਬਹੁਤ ਗਲਤ ਗੱਲ ਵਾ ਕਿ ਜਿਹੜਾ ਮੇਰੇ ਪਿੰਡ ਵਿੱਚ ਆਣ ਕੇ ਬਾਹਰੋਂ ਆ ਕੇ ਵਾਰਦਾਤ ਕਰਦੇ ਨੇ, ਸਾਨੂੰ ਪਿੰਡ ਦੇ ਪਤਾ ਨਾ ਹੋਵੇ। ਬਾਕੀ ਪਿੰਡ ਵਿੱਚ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ, ਇੱਥੇ ਰੋਜ਼ ਦਾ ਹੀ ਕੰਮ ਆ, ਨਸ਼ੇ ਵੀ ਵਿਕਦੇ ਨੇ, ਸਭ ਕੁਛ ਹੁੰਦਾ ਵਾ। ਬਟਾਲਾ ਦੇ ਨਜ਼ਦੀਕ ਪਿੰਡ ਲੌਂਗੋਵਾਲ ਦੇ ਰਹਿਣ ਵਾਲੇ 18 ਸਾਲ ਦੇ ਨੌਜਵਾਨ ਅਰੈਣ ਨੂੰ ਉਸਦੇ ਪਿੰਡ ਦੇ ਲੋਕਾਂ ਨੇ ਬੇਹੱਦ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਬਟਾਲਾ 'ਚ ਲਿਆਂਦਾ, ਜਦਕਿ ਨੌਜਵਾਨ ਦੀ ਹਾਲਤ ਗੰਭੀਰ ਹੋਣ ਦੇ ਚੱਲਦੇ ਬਟਾਲਾ ਹਸਪਤਾਲ ਪ੍ਰਸ਼ਾਸਨ ਵੱਲੋਂ ਉਸਨੂੰ ਫਸਟ ਏਡ ਦੇ ਕੇ ਅੱਗੇ ਇਲਾਜ ਲਈ ਅੰਮ੍ਰਿਤਸਰ ਹਸਪਤਾਲ 'ਚ ਰੈਫਰ ਕੀਤਾ ਗਿਆ। ਉੱਥੇ ਹੀ ਪੁੱਤ ਦੀ ਇਹ ਹਾਲਤ ਵੇਖ ਹਸਪਤਾਲ 'ਚ ਮਾਂ ਦਾ ਰੋ ਰੋ ਬੁਰਾ ਹਾਲ ਸੀ, ਅਤੇ ਮਾਂ ਦਾ ਕਹਿਣਾ ਹੈ ਕਿ ਉਸਦੇ ਪੁੱਤ ਦਾ ਇਹ ਹਾਲ ਕੁਝ ਨੌਜਵਾਨਾਂ ਨੇ ਕੀਤਾ ਹੈ ਜੋ ਪਿੰਡ ਤੋਂ ਬਾਹਰ ਦੇ ਨੇ, ਅਤੇ ਉਸ 'ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਉੱਥੇ ਹੀ ਜ਼ਖਮੀ ਨੌਜਵਾਨ ਦੀ ਮਾਂ ਅਤੇ ਭੈਣ ਦਾ ਕਹਿਣਾ ਸੀ ਕਿ ਕੁਝ ਨੌਜਵਾਨ ਹਨ ਜੋ ਪਹਿਲਾਂ ਵੀ ਅਰੈਣ ਨੂੰ ਧਮਕੀਆਂ ਦਿੰਦੇ ਨੇ ਅਤੇ ਰੰਜਿਸ਼ ਇਹ ਰੱਖਦੇ ਨੇ ਕਿ ਉਹਨਾਂ ਦੇ ਬੇਟੇ ਦੀ ਪਿੰਡ ਦੀ ਇੱਕ ਲੜਕੀ ਨਾਲ ਪਹਿਲਾਂ ਤੋਂ ਦੋਸਤੀ ਸੀ ਜੋ ਕਿ ਹੁਣ ਉਹਨਾਂ ਦਾ ਪੁੱਤ ਪਿੱਛੇ ਵੀ ਹਟ ਗਿਆ, ਲੇਕਿਨ ਉਸਦਾ ਪਰਿਵਾਰ ਅਤੇ ਉਹਨਾਂ ਦੇ ਸਾਥੀ ਕੁਝ ਲੋਕਾਂ ਨੇ ਰਾਤ ਵੀ ਝਗੜਾ ਕੀਤਾ, ਅਤੇ ਅੱਜ ਜਦ ਉਹਨਾਂ ਦਾ ਬੇਟਾ ਘਰ ਤੋਂ ਬਾਹਰ ਗਿਆ ਤਾਂ ਉਸ 'ਤੇ ਹਮਲਾ ਕਰ ਉਸਦੀ ਅੱਜ ਇਹ ਹਾਲਤ ਕਰ ਦਿੱਤੀ। ਉਹ ਗੰਭੀਰ ਜ਼ਖਮੀ ਹੈ ਅਤੇ ਉਹਨਾਂ ਦੱਸਿਆ ਕਿ ਹੁਣ ਵੀ ਉਹਨਾਂ ਨੂੰ ਫੋਨ 'ਤੇ ਧਮਕੀਆਂ ਆ ਰਹੀਆਂ ਨੇ। ਉੱਧਰ ਪਿੰਡ ਦੀ ਸਰਪੰਚ ਕਮਲਜੀਤ ਕੌਰ ਦਾ ਕਹਿਣਾ ਸੀ ਕਿ ਉਹਨਾਂ ਦੇ ਪਿੰਡ 'ਚ ਬਾਹਰ ਤੋਂ ਆ ਕੇ ਨੌਜਵਾਨ 'ਤੇ ਹਮਲਾ ਕੀਤਾ ਗਿਆ ਅਤੇ ਅਕਸਰ ਨਸ਼ੇ ਦੇ ਆਦੀ ਨੌਜਵਾਨ ਉਹਨਾਂ ਦੇ ਪਿੰਡ 'ਚ ਘੁੰਮਦੇ ਨੇ, ਅਤੇ ਉਹਨਾਂ ਕਿਹਾ ਕਿ ਪੁਲਿਸ ਹਮਲਾ ਕਰਨ ਵਾਲਿਆਂ ਖਿਲਾਫ਼ ਕੜੀ ਕਾਰਵਾਈ ਕਰੇ। ਸਿਵਲ ਹਸਪਤਾਲ ਬਟਾਲਾ ਦੀ ਡਿਊਟੀ ਮੈਡੀਕਲ ਅਧਿਕਾਰੀ ਡਾਕਟਰ ਸਮਿਤੀ ਨੇ ਦੱਸਿਆ ਕਿ ਅਰੈਣ ਜਦ ਹਸਪਤਾਲ 'ਚ ਪਹੁੰਚਿਆ ਸੀ ਤਾਂ ਉਹ ਬੇਹੋਸ਼ ਸੀ ਅਤੇ ਉਸ 'ਤੇ ਤੇਜ਼ ਧਾਰ ਹਥਿਆਰਾਂ ਨਾਲ ਗੰਭੀਰ ਵਾਰ ਕੀਤੇ ਹੋਏ ਸੀ। ਉਸਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਅੰਮ੍ਰਿਤਸਰ ਹਸਪਤਾਲ 'ਚ ਰੈਫਰ ਕੀਤਾ ਗਿਆ ਅਤੇ ਇਸ ਮਾਮਲੇ ਬਾਰੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਕਾਰਨ ਉਹਦੇ ਮੁੰਡਾ ਜਿਹੜਾ ਦੋਰੀ ਕੁੜੀ ਮੇਰੇ ਮੁੰਡੇ ਨੂੰ ਆਪਣੇ ਵੱਲ ਖਿੱਚਦੀ ਰਹੀ। ਮੈਂ ਆਪਣੇ ਬੱਚੇ ਨੂੰ ਉਹਦੇ ਤੋਂ ਹਟਾ ਲਿਆ। ਉਹ ਕੁੜੀ ਮੇਰੇ ਉਹਦੇ ਮੇਰੇ ਮੁੰਡੇ ਨਾਲ ਗੱਲ ਮਾਰਦੀ। ਮੈਂ ਆਪਣੇ ਬੱਚੇ ਨੂੰ ਉਸ ਕੁੜੀ ਤੋਂ ਆਪਣੇ ਬੱਚੇ ਨੂੰ ਪਿੱਛੇ ਕਰ ਲਿਆ। ਕੁੜੀ ਫਿਰ ਵੀ ਮੇਰੇ ਮੁੰਡੇ ਦਾ ਖਹਿੜਾ ਨਹੀਂ ਛੱਡਦੀ ਰਹੀ। ਮੇਰੇ ਮੁੰਡਾ ਤੇ ਤੁਸੀਂ ਮੇਰੇ ਬੱਚੇ ਦੀ ਇੰਸਟਾ ਦੇ ਫੋਟੋਆਂ ਸਾਰਾ ਕੁਝ ਸਾਰੇ ਪ੍ਰੂਫ ਆ ਮੇਰੇ ਬੱਚੇ ਕੋਲ। ਮੇਰਾ ਬੱਚਾ ਜਿੱਥੇ ਤੁਹਾਨੂੰ ਗਲਤ ਲੱਗੇਗਾ ਤੁਸੀਂ ਮੈਨੂੰ ਦੱਸਿਓ। ਲੇਕਿਨ ਉਹ ਕੁੜੀ ਖੁਦ ਮੇਰੇ ਬੱਚੇ ਦਾ ਖਹਿੜਾ ਨਹੀਂ ਛੱਡਦੀ ਰਹੀ। 6 ਮਹੀਨੇ ਹੋ ਗਏ ਮੇਰੇ ਬੱਚੇ ਨੇ ਉਹਨੂੰ ਛੱਡਤਾ ਸੀ, ਲੇਕਿਨ ਉਹ ਕੁੜੀ ਅੱਜ ਵੀ ਮੇਰੇ ਬੱਚੇ ਦਾ ਖਹਿੜਾ ਨਹੀਂ ਛੱਡਦੀ। ਉਹ ਮੇਰੇ ਬੱਚੇ ਨੂੰ ਵਾਰ ਵਾਰ ਉੱਥੇ ਸੱਦਦੀ ਰਹੀ ਸੱਦਦੀ ਰਹੀ। ਰਾਤੀ ਕੀ ਕਾਰਨ ਹੋਇਆ ਇਸ ਗੱਲ ਦਾ ਮੈਨੂੰ ਨਹੀਂ ਪਤਾ। ਰਾਤੀ ਕੀ ਗੱਲ ਹੋਈ ਆ? ਸਵੇਰੇ ਬੱਚਾ ਮੇਰਾ ਮੇਰੇ ਲਾਗੇ ਲੰਮੇ ਪਏ ਦਾ ਸੀ। ਰਮਨ ਬੇਟਾ ਆਇਆ ਕਹਿੰਦਾ ਕਿ ਆਰੇ ਨਾ ਬਾਹਰ ਚੱਲੀਏ। ਰਮਨ ਇਹਨੂੰ ਨਾਲ ਲੈ ਕੇ ਗਿਆ ਤੇ ਮੈਂ ਸੁੱਤੀ ਦੀ ਤੇ 5 ਮਿੰਟ ਲੰਮੇ ਪਈ ਨੂੰ ਪਤਾ ਲੱਗਾ ਕਿ ਆਰੀ ਨੂੰ ਬਾਹਰ ਮਾਰ ਕੇ ਚੱਲ ਗਏ ਆ। ਉਦੋਂ ਦੀ ਮੈਂ ਹਸਪੀਟਲ, ਮੇਰਾ ਕੱਲਾ ਕੱਲਾ ਬੱਚਾ ਜੋ, ਮੇਰਾ ਹੋਰ ਕੁਛ ਨਹੀਂ ਇਸ ਤੋਂ ਇਲਾਵਾ ਕੁਛ ਨਹੀਂ। ਅਗਰ ਮੇਰੇ ਬੱਚੇ ਨੂੰ ਕੁਛ ਹੋ ਗਿਆ ਨਾ ਸਾਡਾ ਸਾਰਾ ਟੱਬਰ ਬਰਬਾਦ, ਸਾਡਾ ਸਾਰਾ ਟੱਬਰ ਬਰਬਾਦ ਜੋ। ਹਾਂ ਧਮਕੀਆਂ ਫੋਨ ਤੇ ਆਉਂਦੀਆਂ ਪਈਆਂ ਆ ਤੇ ਅਸੀਂ ਬਾਈ ਦੇ ਵਿੱਚ ਕਿਤੇ ਜਾਈਏ, ਮੈਂ ਜਾਂ ਮੇਰੀ ਬੇਟੀ ਕਿਤੇ ਜਾਂਦੇ ਪਏ ਆ ਨਾ, ਸਾਡੇ ਵਾਲੇ ਵੇਖ ਕੇ ਲਲਕਾਰ ਕੇ ਲੰਘਦਾ ਸ਼ੇਖੂ। ਅਸੀਂ ਇਸ ਗੱਲ ਨੂੰ ਇਗਨੋਰ ਕਰ ਦਿੰਦੇ ਆ ਕਿ ਚਲੋ ਛੋਟੀਆਂ ਛੋਟੀਆਂ ਗੱਲਾਂ। ਅਸੀਂ ਕਈ ਵਾਰ ਕਿਉਂ ਵੀ ਇਹ ਗੱਲ ਦੱਸਦੇ ਕਈ ਲੰਘਦੇ। ਹਾਂ ਹਾਂਜੀ, ਗੌਂਸਪੁਰੇ ਦਾ ਵਾਲੇ ਮੁੰਡਾ
मेरा बच्चा तो कभी के ना फालतू बोलता नहीं, कोई गल नहीं करता। ये ऐसा पहले एक साल पहले पिंड च तुसी किसे ने भी पुछियो ए मेरे मुंडे दे मगर उदो भी ट्राट लगे पिया। मैं थाने रिपोर्ट भी करवाई है। मेरा बेटा प्लस टू चे जमुई लेकिन एडमिशन लेनी है। मैं तो कल ही उहदा पासपोर्ट अपलाई करन चली गई। मैं तो बाहर तक करना अजे कल ही इन्हें मैं कहती पी कि पासपोर्ट अपलाई करिए तो आधार कार्ड 13 तरीक तक 18 साल का होया वा। मतलब पापा ने उस सिस्टर घर बोल के आए ही जिन्होंने वालों सानू मतलब शक आ ते ओ फोन करवा रहा है कि तू साडे घर बोल के आयो। अगे तो आप मुंडे नू वड के गए हैं, हुण तुहाडे प्यो नू भी वड के जाना है। आप घर आने लगे पता नहीं रात की कोई गल हुई ही ते हुण पता नहीं की होया। सवेरे आप सारे लम्बे पे ही बाहर गया आया ते बाहर सिर्फ सानू कोई दस के गया कि तुहाडे मुंडे ते सट्टा ला गए आ। की हालत की है ਤੁਹਾਡੇ ਬ੍ਰਦਰ ਦੀ? ਸੀਰੀਅਸ ਆ ਤੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਹੈ। ਆਪਣਾ ਨਾਮ ਦੱਸ। ਕਵਲਜੀਤ ਕੌਰ, ਸਰਪੰਚ ਲੋਂਗੋਵਾਲ ਖੁਰਦ। ਅੱਛਾ, ਇਹ ਜਿਹੜੀ ਤੁਹਾਡੇ ਝਗੜਾ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਾ? ਮੈਨੂੰ ਸਾਰਾ ਅੱਧੇ ਘੰਟੇ ਬਾਅਦ ਪਤਾ ਲੱਗਾ। ਮੇਰਾ ਘਰ ਕਾਫੀ ਦੂਰ ਹੈ, ਪਤਾ ਨਹੀਂ ਬਾਹਰ ਕੀ ਹੋਇਆ ਕੀ ਨਹੀਂ ਹੋਇਆ। ਇਹ ਬਾਹਰ ਵਾਪਸ ਆਏ ਆ ਆਪਣੇ ਬੱਚੇ ਦੇ ਮਗਰ ਆਏ ਆ ਤੇ ਇਹ ਆ ਕਿ ਬਹੁਤ ਮਾੜੀ ਘਟਨਾ ਕੀਤੀ ਆ ਕਿ ਮੇਰੇ ਪਿੰਡ ਵਿੱਚ ਆਣ ਕੇ ਸਾਨੂੰ ਪਤਾ ਨਾ ਹੋਵੇ ਕਿ ਸਿਆਣੇ ਬੰਦੇ ਨੂੰ ਕਿਸੇ ਨੂੰ ਪਤਾ ਨਹੀਂ ਆ ਬੱਚਿਆਂ ਨਾਲ ਕੀ ਗੱਲ ਹੋਈ ਕੀ ਨਹੀਂ। ਤੇ ਬੱਚਾ ਹੀ ਬਿਆਨ ਦੇ ਸਕਦਾ, ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾ ਸਕਦੀ। ਇਹ ਬਹੁਤ ਗਲਤ ਗੱਲ ਵਾ ਕਿ ਜਿਹੜਾ ਮੇਰੇ ਪਿੰਡ ਵਿੱਚ ਆਣ ਕੇ ਬਾਹਰੋਂ ਆ ਕੇ ਵਾਰਦਾਤ ਕਰਦੇ ਤੇ ਸਾਨੂੰ ਪਿੰਡ ਦੇ ਪਤਾ ਨਾ ਹੋਵੇ। ਬਾਕੀ ਪਿੰਡ ਵਿੱਚ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ। ਇੱਥੇ ਰੋਜ਼ ਦਾ ਹੀ ਕੰਮ ਆ, ਨਸ਼ੇ ਵੀ ਵਿਕਦੇ ਨੇ, ਸਭ ਕੁਝ ਹੁੰਦਾ ਵਾ ਨਾਲ ਪਿੰਡ ਵੀ। ਮੈਨੂੰ ਇਹ ਗੱਲ ਦਾ ਨਹੀਂ ਹੈ ਕਿ ਜਨਾਨੀਆਂ ਮੇਰੇ ਕੋਲ ਆਈਆਂ ਨੇ, ਆਉਂਦੀਆਂ ਰਾਤ ਦਿਨ ਆਉਂਦੀਆਂ ਨੇ, ਮਾਵਾਂ ਵੀ ਆਉਂਦੀਆਂ, ਭੈਣਾਂ ਵੀ ਆਉਂਦੀਆਂ ਨੇ। ਮੈਂ ਸਹਿਮਤ ਇਹਨਾਂ ਨਾਲ, ਲੇਕਿਨ ਇਹ ਆ ਕਿ ਮੇਰੇ ਪਿੰਡ ਵਿੱਚ ਆਣ ਕੇ ਸਭ ਆਪਣੇ ਪਿੰਡ ਵਾਸੀਆਂ ਨੂੰ ਪੁੱਛਿਆ ਜਾਵੇ ਕਿ ਕਿਹੜਾ ਬੰਦਾ ਵੇਚਦਾ ਵਾ, ਕਿਹੜਾ ਬੰਦਾ ਇਹ ਕੰਮ ਕਰਦਾ ਆ। ਮੈਂ ਇਹਨਾਂ ਦਾ ਸਾਥ ਵਾਂ। ਪੁਲਿਸ ਨੂੰ ਤਾਂ ਹੀ ਦਿੱਤਾ ਜਾਂਦਾ ਕਿ ਪਰਿਵਾਰ ਨਾਲ ਸਹਿਮਤ ਹੋਏ, ਪਿੰਡ ਸਹਿਮਤ ਹੋਏ। ਮੇਰੇ ਪਿੰਡ 'ਚ ਰੋਜ਼ ਵਾਰਦਾ ਇਸ ਗੱਲ ਦੀ ਮੈਂ ਗਵਾਹ ਹਾਂ। ਮੇਰੇ ਪਿੰਡ 'ਚ ਨਸ਼ਾ ਵਿਕਦਾ, ਮੇਰੇ ਪਿੰਡ ਵਿੱਚ ਬਾਹਰੋਂ ਬੰਦੇ ਆਉਂਦੇ, ਮੈਂ ਆ ਵੇਚਦੀ ਹਾਂ। ਬਾਕੀ ਮੈਨੂੰ ਕਿਸੇ ਦਾ ਪਤਾ ਨਹੀਂ, ਮੈਨੂੰ ਕਿਹਦੀ ਪਛਾਣ ਨਹੀਂ ਆ, ਕਿਹਦੇ ਮਗਰ ਆਉਂਦਾ ਕੀ ਆਉਂਦਾ ਆ। ਹੁਣ ਅਸੀਂ ਆਪਣੇ ਬੱਚੇ ਪਿੰਡ ਦੇ ਮੌਤ ਬੇਰ ਹੋ ਕੇ ਮੈਂ ਪਿੰਡ ਦਾ ਬੱਚੇ ਦਾ ਪਤਾ ਲਿਆਉਣਾ ਹੀ ਆ। ਉਹਦੇ ਹਾਲਤ ਬਹੁਤ ਜ਼ਿਆਦਾ ਮਾੜੀ ਆ। ਵੇਖੋ ਬੱਚਾ ਬਹੁਤ ਜ਼ਿਆਦਾ ਸੀਰੀਅਸ ਹੈ ਇਸ ਟਾਈਮ। ਹੁਣ ਇੱਥੋਂ ਰੈਫਰ ਕਰਕੇ ਅੰਮ੍ਰਿਤਸਰ ਭੇਜਣ ਡੇ ਆ ਕਿ ਇਹ ਕੱਲ੍ਹ ਨੂੰ ਕੋਈ ਹੋਰ ਬੱਚਾ ਕਿਸੇ ਨਾਲ ਕੋਈ ਵੱਧ ਕੇ ਕਰੇਗਾ ਤੇ ਅਸੀਂ ਕੀ ਜਵਾਬ ਦੇ ਸਕਦੇ? ਇੱਕ ਮੌਤ ਬਾਰ ਕੀ ਜਵਾਬ ਦੇ ਸਕਦੇ ਜਿਹਨੂੰ ਮੌਤ ਬਾਰ ਨੂੰ ਪਤਾ ਹੀ ਨਹੀਂ ਆ ਕਿ ਮੌਤ ਬਾਰ ਨੂੰ ਕੀ ਹੋਇਆ ਪਿੰਡ ਵਿੱਚ? ਇਹ ਬਾਹਰ ਦੇ ਲੋਕ ਆਏ ਨੇ ਤੇ ਬਾਹਰ ਦੇ ਹੀ ਲੱਗਦਾ। ਸਾਡੇ ਕੋਲ ਲੋਂਗੋਵਾਲ ਤੋਂ ਇੱਕੋ ਪੇਸ਼ੈਂਟ ਆਇਆ, ਆਰੀਅਨ ਸਨ ਆਫ ਗੋਲਡੀ, ਰੈਜ਼ੀਡੈਂਸ ਆਫ ਵਿਲੇਜ ਲੋਂਗੋਵਾਲ। ਜਦੋਂ ਆਇਆ ਅਨਕੌਂਸ਼ੀਅਸ ਸੀਗੇ, ਮਲਟੀਪਲ ਇੰਜਰੀਜ਼ ਹੈਗੇ ਇਹਨਾਂ ਦੇ। ਨਹੀਂ, ਆਪਾਂ ਜਿਹੜਾ ਇਨੀਸ਼ੀਅਲ ਟ੍ਰੀਟਮੈਂਟ ਸੀਗਾ ਉਹ ਸ਼ੁਰੂ ਕਰਤਾ ਸੀਗਾ ਜਦੋਂ ਆਏ ਆ, ਬਟ ਇਹਦੀ ਥੋੜ੍ਹੀ ਹਾਲਤ ਜਿਹੜੀ ਆ ਕ੍ਰਿਟੀਕਲ ਲੱਗ ਰਹੀ ਆ ਅਤੇ ਇਹਨੂੰ ਆਪਾਂ ਰੈਫਰ ਕਰ ਰਹੇ ਹਾਂ ਅੰਮ੍ਰਿਤਸਰ। ਸਿਰ 'ਤੇ ਹਾਂਜੀ ਸੱਟ ਹੈਗੀ ਆ, ਬਾਕੀ ਸਿਰ ਦੀ ਸੱਟ ਲਈ ਸਿਟੀ ਸਕੈਨ ਕਰਵਾਉਣਾ ਪਏਗਾ ਇਹਨਾਂ ਨੂੰ ਅਤੇ ਉਸ ਤੋਂ ਬਾਅਦ ਹੀ ਦੱਸ ਸਕਦੇ ਆ ਸਿਰ 'ਚ ਅੰਦਰ ਸੱਟ ਹੈਗੀ ਕਿ ਨਹੀਂ। ਇਹਨਾਂ ਨੇ ਕਿਹਾ ਕਿ ਸਾਡੀ ਕਿਸ ਨਾਲ ਲੜਾਈ ਹੋਈ ਹੈ। ਹਾਂਜੀ,